ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਔਰ ਇਸ ਵੇਲੇ ਦੀ ਵੱਡੀ ਖਬਰ ਗੁਲਾਬੀ ਨੋਟ 2000 ਦੇ ਨੋਟ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਰਿਜ਼ਰਵ ਬੈਂਕ ਆਫ ਇੰਡੀਆ ਦੇ ਵੱਲੋਂ 2000 ਦਾ ਨੋਟ ਬੰਦ ਕਰ ਦਿੱਤਾ ਗਿਆ ਹੈ ਜੀ ਹਾਂ ਵੱਡੀ ਖਬਰ 2000 ਦੇ ਨੋਟ ਦੇ ਉੱਤੇ ਰਿਜ਼ਰਵ ਬੈਂਕ ਨੇ ਹੁਣ ਪਾਬੰਦੀ ਲਗਾ ਦਿੱਤੀ ਗਈ ਹੈ ਯਾਨੀ ਕਿ 2000 ਦਾ ਨੋਟ ਹੁਣ ਬਾਜ਼ਾਰ ਦੇ ਵਿੱਚ ਬੈਂਕਾਂ ਦੇ ਵਿੱਚ ਤੁਹਾਨੂੰ ਨਹੀਂ ਮਿਲੇਗਾ ਕਲੀਨ ਨੋਟ ਪਾਲਿਸੀ ਦੇ ਆਧਾਰ ਦੇ ਉੱਤੇ ਇਹ ਕਾਰਵਾਈ ਕੀਤੀ ਗਈ ਹੈ ਆਰਡੀਆਈ ਨੇ 2000 ਦੇ ਨੋਟ ਜੋ ਨੇ ਉਹ ਬੰਦ ਕਰ ਦਿੱਤੇ ਗਏ ਨੇ ਤਾਂ ਗੁਲਾਬੀ ਨੋਟ ਹੁਣ ਬਾਜ਼ਾਰਾਂ ਦੇ ਵਿੱਚ ਨਹੀਂ ਮਿਲਣਗੇ 2000 ਦਾ ਨੋਟ ਜੋ ਪਹਿਲਾਂ ਨੋਟਬੰਦੀ ਤੋਂ ਬਾਅਦ ਸਾਹਮਣੇ ਆਉਂਦਾ ਹੈ 2000 ਦਾ ਨੋਟ ਉਸ ਵੇਲੇ ਆਉਂਦਾ ਜਦੋਂ ਪਰ ਸਰਕਾਰ ਔਰ ਖਾਸ ਤੌਰ ਦੇ ਉਤੇ ਭਾਰਤ ਦੇ ਵਿੱਚ ਨੋਟ ਬੰਦੀ ਕੀਤੀ ਜਾਂਦੀ ਹੈ ਨੋਟ ਬੰਦੀ ਹੁੰਦੀ ਹੈ ਹਜ਼ਾਰ ਦਾ ਨੋਟ ਬੰਦ ਹੁੰਦਾ ਹੈ ਔਰ ਹਜ਼ਾਰ ਦੇ ਨੋਟ ਤੋਂ ਬਾਅਦ 2000 ਦਾ ਨੋਟ ਬਾਜ਼ਾਰਾਂ ਦੇ ਵਿੱਚ ਆਉਂਦਾ ਹੈ ਪਰ ਹੁਣ 2000 ਦੇ ਨੋਟ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਯਾਨੀ ਕਿ 2000 ਦਾ ਨੋਟ ਜੇਕਰ ਹੁਣ ਤੁਹਾਡੇ ਘਰਾਂ ਦੇ ਵਿੱਚ ਪਿਆ ਹੋਇਆ ਹੈ ਉਹ 23 ਸਤੰਬਰ ਤੋਂ ਬਾਅਦ 23 ਸਤੰਬਰ ਸਤੰਬਰ ਮਹੀਨੇ ਤੋਂ ਬਾਅਦ ਉਹ ਇੱਕ ਕਾਗਜ਼ ਹੀ ਰਹਿ ਜਾਊਗਾ ਤੁਸੀਂ ਉਸ ਨੂੰ ਜਲ ਤੋਂ ਜਲਦ ਬੈਂਕ ਦੇ ਵਿੱਚ ਜਾ ਕੇ ਬਦਲਾਓ ਉਸ ਨੂੰ ਬਦਲਵਾ ਕੇ ਤੁਸੀਂ ਉਹਦੀ ਜਗ੍ਹਾ ਦੇ ਉੱਤੇ ਕੋਈ ਹੋਰ ਨੋਟ ਲਾਓ ਇਹ ਕਹਿਣਾ ਹੈ ਆਰ ਬੀ ਆਈ ਦਾ ਪਰ ਪੈਨਿਕ ਹੋਣ ਦੀ ਲੋੜ ਵੀ ਨਹੀਂ ਕਿਉਂਕਿ ਸਰਕਾਰ ਦਾ ਕਹਿਣਾ ਹੈ ਰਿਜ਼ਰਵ ਬੈਂਕ ਆਫ ਇੰਡੀਆ ਦਾ ਕਹਿਣਾ ਹੈ ਕਿ 2000 ਦਾ ਨੋਟ ਤੁਸੀਂ ਬੈਂਕਾਂ ਦੇ ਵਿੱਚ 23 ਮਈ ਤੋਂ ਬਦਲਵਾਉਣਾ ਸ਼ੁਰੂ ਕਰ ਸਕਦੇ ਹੋ 23 ਮਈ ਤੋਂ ਯਾਨੀ ਕਿ ਸੋਮਵਾਰ ਤੋਂ ਤੁਸੀਂ ਬੈਂਕ ਦੇ ਵਿੱਚ ਜਾਓਗੇ ਤੁਹਾਡੇ ਕੋਲ ਜੇਕਰ 2000 ਦੇ ਨੋਟ ਪਏ ਹੋਏ ਨੇ ਤਾਂ ਬੈਂਕ ਦੇ ਵਿੱਚ ਜਾ ਕੇ ਜਿਵੇਂ ਤੁਸੀਂ ਨੋਟਬੰਦੀ ਦੇ ਦੌਰਾਨ ਆਪਣੇ ਪੁਰਾਣੇ 500 ਔਰ 1000 ਦੇ ਨੋਟ ਬਦਲਵਾਏ ਸੀ ਤਾਂ ਉਸੇ ਤਰੀਕੇ ਦੇ ਨਾਲ ਤੁਸੀਂ ਇਸ ਵਾਰ 2000 ਦੇ ਨੋਟ ਲੈ ਕੇ ਜਾਣੇ ਨੇ ਔਰ ਉੱਥੇ ਜਾ ਕੇ ਤੁਸੀਂ ਬੈਂਕ ਦੇ ਵਿੱਚ ਉਹ ਨੋਟ ਦਿਖਾਉਣੇ ਨੇ ਔਰ ਤੁਹਾਨੂੰ ਉਸ ਦੀ ਜਗ੍ਹਾ ਦੇ ਉੱਤੇ 2000 ਦੀ ਨੋਟ ਦੀ ਜਗ੍ਹਾ ਦੇ ਉੱਤੇ ਜੋ ਅਮਾਊਂਟ ਹੋਊਗੀ 2000 ਦੀ ਉਸਦੇ 5 500 ਦੇ ਨੋਟ ਦੇ ਦਿੱਤੇ ਜਾਣਗੇ 100 100 ਉਰਦੇ ਦਿੱਤੇ ਜਾਣਗੇ ਜਿਹੜੀ ਕਰੰਸੀ ਬੈਂਕ ਦੇ ਵਿੱਚ ਅਵੇਲੇਬਲ ਹੋਊਗੀ ਉਸ ਦੇ ਹਿਸਾਬ ਦੇ ਨਾਲ ਉਹ ਨੋਟ ਜਿਹੜੇ ਨੇ ਤੁਹਾਨੂੰ ਫੜਾ ਦਿੱਤੇ ਜਾਣਗੇ ਔਰ ਇਹ ਵੀ ਦੱਸਿਆ ਗਿਆ ਹੈ ਕਿ ਐਦਾਂ ਨਾ ਹੋਵੇ ਕਿ ਤੁਸੀਂ ਬੈਂਕ ਦੇ ਵਿੱਚ ਜਾ ਕੇ ਸਾਰੀ ਸਾਰੀ ਆਪਣੀ ਰਾਸ਼ੀ ਇੱਕੋ ਟਾਈਮ ਦੇ ਉੱਤੇ ਉੱਥੇ ਬਦਲਵਾਉਣ ਦੇ ਲਈ ਪਹੁੰਚ ਜਾਓ ਇੱਕ ਦਿਨ ਦੇ ਵਿੱਚ ਜੋ ਹੈ ਉਹ ਸਿਰਫ ਤੁਸੀਂ 20000 ਰੁਪਿਆ ਹੀ ਬਦਲਵਾ ਸਕਦੇ ਹੋ ਇੱਕ ਦਿਨ ਦੇ ਵਿੱਚ 20000 ਤੋਂ ਵੱਧ ਤੁਸੀਂ ਪੈਸਾ ਬਦਲਵਾ ਨਹੀਂ ਸਕੋਗੇ ਤਾਂ ਇਹ ਇੱਕ ਵਾਰ ਇਸ ਲਈ ਵੱਡੀ ਜਾਣਕਾਰੀ ਆ ਰਹੀ ਹੈ ਕਿ ਤੁਸੀਂ 20000 ਰੁਪਏ ਜੋ ਹੈ ਉਹ ਬੈਂਕ ਦੇ ਵਿੱਚ ਜਾ ਕੇ ਬਦਲਵਾ ਸਕਦੇ ਹੋ 20000 ਤੋਂ ਵੱਧ ਜਿਹੜੇ ਪੈਸੇ ਨੇ ਉਹ ਬਦਲੇ ਨਹੀਂ ਜਾਣਗੇ ਤਾਂ 23 ਮਈ ਤੋਂ ਯਾਨੀ ਕਿ ਸੋਮਵਾਰ ਤੋਂ ਇਹ ਕਾਰਵਾਈ ਸ਼ੁਰੂ ਹੋਊਗੀ ਸੋਮਵਾਰ ਤੋਂ ਤੁਸੀਂ ਬੈਂਕ ਦੇ ਵਿੱਚ ਜਾਓਗੇ ਹਾਲਾਂਕਿ ਹੁਣ ਬੈਂਕ ਦੇ ਵਿੱਚ ਲੰਬੀਆਂ ਲੰਬੀਆਂ ਲਾਈਨਾਂ ਲੱਗਣੀਆਂ ਵੀ ਤੁਹਾਨੂੰ ਮਿਲਣਗੀਆਂ ਸ਼ੁਰੂ ਹੋ ਜਾਣਗੀਆਂ ਕਿਉਂਕਿ ਨੋਟਬੰਦੀ ਦੇ ਵਿੱਚ ਅਸੀਂ ਵੇਖਿਆ ਸੀ ਕਿ ਇਸ ਤਰੀਕੇ ਦਾ ਮਾਹੌਲ ਜੋ ਹੈ ਉਹ ਉੱਥੇ ਬਣਦਾ ਹੋਇਆ ਨਜ਼ਰ ਆਇਆ ਸੀ ਪਰ ਘਬਰਾਉਣ ਦੀ ਲੋੜ ਨਹੀਂ ਹੈ ਔਰ ਹੋਸ਼ ਸਦਾ ਹੈ ਜਿਵੇਂ ਪਿਛਲੀ ਵਾਰ ਆਪਾਂ ਨੋਟਬੰਦੀ ਦੀ ਗੱਲ ਕਰ ਲਈਏ ਨੋਟਬੰਦੀ ਜਦੋਂ ਹੋਈ ਸੀ ਤਾਂ ਡੇਟਸ ਨੂੰ ਐਕਸਟੈਂਡ ਕੀਤਾ ਗਿਆ ਸੀ ਤਾ ਹੋ ਸਕਦਾ ਹੁਣ ਵੀ ਡੇਟ ਨੂੰ ਐਕਸਟੈਂਡ ਕੀਤਾ ਜਾਵੇ ਔਰ ਇਦਾਂ ਨਾ ਹੋਵੇ ਕਿ ਤੁਸੀਂ ਕੱਲ ਪਰਸੋਂ ਹੀ ਜਾ ਕੇ ਬੈਂਕਾਂ ਦੇ ਬਾਹਰ ਖੜੇ ਹੋ ਹਾਲਾਕਿ ਕੱਲ ਸ਼ਨੀਵਾਰ ਹੈ ਤਾਂ ਇਹ ਜੇ ਆਪਾਂ ਸ਼ਨੀਵਾਰ ਦੀ ਗੱਲ ਕਰੀਏ ਤਾਂ ਸ਼ਨੀਵਾਰ ਨੂੰ ਬੈਂਕ ਬੰਦ ਵੀ ਹੋ ਸਕਦੇ ਨੇ ਤਾਂ ਸੋਮਵਾਰ ਤੋਂ 23 ਮਈ ਤੋਂ ਇਹ ਬੈਂਕ ਦੇ ਵਿੱਚ ਪ੍ਰਕਿਰਿਆ ਸ਼ुरू ਹੋ ਜਾਊਗੀ 2000 ਦਾ ਜੋ ਗੁਲਾਬੀ ਨੋਟ ਸੀ ਉਹ ਬਦਲਣਾ ਸ਼ੁਰੂ ਹੋ ਜਾਊਗਾ ਜਿੰਨੀ ਵੀ ਤੁਹਾਡੇ ਕੋਲ ਅਮਾਉਂਟ ਪਈ ਹੋਈ ਹੈ ਤੁਸੀਂ ਉਹ ਬਦਲਵਾ ਸਕਦੇ ਹੋ ਪਰ ਪਾਰਟਸ ਦੇ ਵਿੱਚ ਤੁਹਾਨੂੰ ਬਦਲਵਾਉਣੀ ਪਏਗੀ ਐਦਾ ਨਹੀਂ ਹੈ ਕਿ ਜੇ ਕਿਸੇ ਦੇ ਕੋਲੇ 2 ਲੱਖ ਰੁਪਏ ਪਿਆ ਹੋਇਆ ਲੱਖ ਰੁਪਏ ਪਿਆ ਹੋਇਆ 50000 ਰੁਪਏ ਹੋਏ ਨੇ ਉਸ ਦਿਨ ਜਾ ਕੇ ਬੈਂਕ ਦੇ ਵਿੱਚ ਜਾ ਕੇ ਉਹ ਬਦਲਵਾ ਸਕੇ ਹਾਂ ਜੇ ਤੁਹਾਡੇ ਘਰ ਦੇ ਵਿੱਚ 4G ਨੇ ਤਾਂ ਤੁਸੀਂ ਚਾਰੋ ਜੀ ਜਾ ਕੇ ਲੱਖ ਰੁਪਏ ਬਦਲਾ ਸਕਦੇ ਹੋ ਕਿਉਂਕਿ 20000 ਇੱਕ ਬੰਦਾ ਆਪਣਾ ਆਧਾਰ ਕਾਰਡ ਦਿਖਾ ਕੇ ਆਪਣੀ ਆਈਡੀ ਦਿਖਾ ਕੇ ਬਦਲਵਾ ਸਕਦਾ ਹੈ ਇੱਕ ਬੰਦੇ ਦੇ ਕੋਲ ਇੱਕ ਦਿਨ ਦੇ ਵਿੱਚ ਸਿਰਫ 20000 ਬਦਲਵਾਉਣ ਦੀ ਹੀ ਜਿਹੜੀ ਹੈ ਉਹ ਸ਼ਮਤਾ ਹੋਵੇਗੀ ਇਸ ਤੋਂ ਬਾਅਦ ਪੈਸੇ ਜਿਹੜੇ ਨੇ ਉਹ ਇੱਕ ਬੰਦਾ ਨਹੀਂ ਬਦਲਵਾ ਸਕਦਾ RBI ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਵੀ ਵੱਡਾ ਫੈਸਲਾ ਲਿਆ ਗਿਆ ਹੈ ਕਲੀਨ ਨੋਟ ਪਾਲਿਸੀ ਦੇ ਆਧਾਰ ਦੇ ਉੱਤੇ ਹੀ ਫੈਸਲਾ ਲਿੱਤਾ ਗਿਆ ਜਿਸ ਦੇ ਵਿੱਚ ਤੁਸੀਂ 2000 ਦਾ ਨੋਟ ਹੁਣ ਬਦਲਵਾਉਣਾ ਜਿਹੜਾ ਹੈ ਉਹ 23 ਮਈ ਤੋਂ ਸ਼ੁਰੂ ਕਰ ਦੋਗੇ 23 ਮਈ ਤੋਂ ਬਾਅਦ ਇਹ ਨੋਟ ਬੰਦ ਹੋ ਜਾਣ 23 ਮਈ ਤੋਂ ਬਾਅਦ ਜਿਹੜੇ ਨੇ ਨੋਟ ਬਦਲਣ ਨੇ ਸ਼ੁਰੂ ਹੋ ਜਾਣਗੇ ਪਰ 23 ਸਤੰਬਰ ਦੱਸਿਆ ਜਾ ਰਿਹਾ ਇੱਕ ਮਹੀਨੇ ਦਾ ਟਾਈਮ ਦਿੱਤਾ ਗਿਆ ਹੈ ਹਾਲਾਂਕਿ ਇਹ ਡੇਡ ਮੇਬੀ ਐਕਸਟੈਂਡ ਹੋ ਸਕਦੀ ਹੈ ਇਹ ਜਾਣਕਾਰੀ ਅਜੇ ਤੱਕ ਤਾਂ ਸਿਰਫ ਇੱਕ ਮਹੀਨੇ ਦੀ ਹੈ ਕਿ ਇੱਕ ਮਹੀਨੇ ਦੇ ਵਿੱਚ ਹੀ ਨੋਟ ਜਿਹੜੇ ਨੇ ਉਹ ਬਦਲਵਾਏ ਜਾਣ ਇਹ ਨੋਟ ਬਦਲਵਾ ਕੇ ਤੁਸੀਂ ਕੋਈ ਹੋਰ ਕਰੰਸੀ ਲੈ ਲਓ ਪਰ ਹੋ ਸਕਦਾ ਹੈ ਕਿ ਇਹ ਡੇਡ ਜਿਹੜੀ ਹੈ ਐਕਸਟੈਂਡ ਵੀ ਕੀਤੀ ਜਾ ਸਕੇ ਪਰ ਇਹ ਸਭ ਚੀਜ਼ਾਂ ਜੋ ਨੇ ਉਹ RBI ਦੇ ਉੱਤੇ ਹੀ ਡਿਪੈਂਡ ਕਰਦੀਆਂ ਨੇ ਪਰ ਵੱਡੀ ਅਪਡੇਟ ਇਸ ਵੇਲੇ ਦੀ ਕਿ 2000 ਦਾ ਨੋਟ ਹੁਣ ਬੰਦ ਹੋਣ ਜਾ ਰਿਹਾ ਹੈ ਹਾਲਾਂਕਿ 2000 ਦੇ ਨੋਟ ਨੂੰ ਲੈ ਕੇ ਵੀ ਉਹ ਸਾਰੀਆਂ ਚਰਚਾਵਾਂ ਸੀ ਕਿ ਕਾਲਾ ਧਨ ਜਿਹੜਾ ਹੈਗਾ ਉਹ 2000 ਦੇ ਨੋਟਾਂ ਦੇ ਵਿੱਚ ਹੁਣ ਇਕੱਠਾ ਹੋ ਗਿਆ ਕਿਉਂਕਿ 2000 ਦਾ ਨੋਟ ਜਦੋਂ ਆਇਆ ਸੀ ਮਾਰਕੀਟ ਦੇ ਵਿੱਚ ਤਾਂ ਪੈਸੇ ਕੈਰੀ ਕਰਨੇ ਬਹੁਤ ਸੋਖੇ ਹੋ ਗਏ ਸੀ 500 ਦੀ ਹਾਲਾਂਕਿ ਗੱਠੀ ਦੀ ਆਪਾਂ ਗੱਲ ਕਰੀਏ 100 ਰੁਪਏ ਦੀ ਨੋਟ ਦੀ ਆਪਾਂ ਗੱਠੀ ਦੀ ਗੱਲ ਕਰ ਲਈਏ ਤਾਂ 1 ਲੱਖ ਰੁਪਿਆ ਬਹੁਤ ਜਿਆਦਾ ਹੋ ਜਾਂਦਾ ਸੀ ਪਰ 2000 ਦੇ ਨੋਟਾਂ ਦੇ ਚੇਕਰ ਆਪਾਂ ਗੱਲ ਕਰਦੇ ਆ ਤਾਂ 2000 ਦਾ ਨੋਟ ਇੰਨੇ ਕ ਨੋਟਾਂ ਦੇ ਨਾਲ ਹੀ 1 ਲੱਖ ਰੁਪਏ ਦੀ ਗੱਠੀ ਬਣ ਜਾਂਦੀ ਸੀ ਤਾਂ ਜੋ ਕਾਲਾ ਕਾਰੋਬਾਰ ਸੀ ਜੋ ਲੈਣ ਦੇਰ ਸੀਗਾ ਉਹ ਦੱਸਿਆ ਜਾ ਰਿਹਾ ਸੀ ਕਿਹਾ ਜਾ ਰਿਹਾ ਸੀ ਕਿ 2000 ਦੇ ਨੋਟਾਂ ਦੇ ਨਾਲ ਬਹੁਤ ਜ਼ਿਆਦਾ ਹੁੰਦਾ ਹੈ ਨਜ਼ਰ ਆਉਂਦਾ ਸੀਗਾ ਪਰ ਹੁਣੇ ਵੱਡਾ ਫੈਸਲਾ ਲਿੱਤਾ ਗਿਆ ਕਿ 2000 ਦੇ ਨੋਟ ਜਿਹੜੇ ਨੇ ਉਹ ਬੰਦ ਹੋ ਜਾਣਗੇ ਅਸੀਂ ਟੀਮ ਨੂੰ ਕਹਾਂਗੇ ਕਿ ਉਹ ਸਰਕੂਲਰ ਵੀ ਜੋ ਹੈ ਉਹ ਵੀ ਦਿਖਾਇਆ ਜਾਵੇ ਜਿਹੜਾ ਕਿ ਆਰਬੀਆਈ ਦੇ ਵੱਲੋਂ ਕੱਢਿਆ ਗਿਆ ਹੈ ਉਹ ਸਰਕੂਲਰ ਦੇ ਵਿੱਚ ਕੀ ਕੁਝ ਲਿਖਿਆ ਗਿਆ ਉਹ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਔਰ ਤੁਹਾਨੂੰ ਉਹ ਪੜਾਉਣ ਦੀ ਵੀ ਕੋਸ਼ਿਸ਼ ਕਰਾਂਗੇ ਕਿ 2000 ਦਾ ਨੋਟ ਬੰਦ ਕਰਨ ਦੇ ਵਾਸਤੇ ਕੀ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਰੱਖੀਆਂ ਗਈਆਂ ਨੇ 2000 ਦਾ ਨੋਟ ਜੋ ਹੈ ਉਹ ਬੰਦ ਕਰਨ ਦਾ ਜੋ ਲੈਟਰ ਕੱਢਿਆ ਗਿਆ ਉਸ ਦੇ ਵਿੱਚ ਕੀ ਕੁਝ ਲਿਖਿਆ ਗਿਆ ਤਾਂ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਉਹ ਨਹੀਂ ਕਿਹਾ ਕਿ 2000 ਦਾ ਜੋ ਨੋਟ ਹੈ ਬੈਂਕ ਨੋਟ ਹੈ ਉਹ ਨਵੰਬਰ 2016 ਦੇ ਵਿੱਚ ਸੈਕਸ਼ਨ 24 ਇੱਕ RBI ਐਕਟ 1934 ਦੇ हिसाब ਦੇ ਨਾਲ ਲਾਂਚ ਕੀਤਾ ਗਿਆ ਸੀਗਾ ਔਰ ਇਸ ਨੂੰ ਜੋ ਹੈ ਉਹ ਹੁਣ ਪ੍ਰਿੰਟਿੰਗ ਦੇ ਵਾਸਤੇ ਬੰਦ ਕਰ ਦਿੱਤਾ ਗਿਆ ਤਾਂ ਇਨ 뷰 ਆਫ ਦਾ ਅਬਵ ਐਂਡ ਇਨ ਪਰਸੂਐਂਸ ਆਫ ਦਾ ਕਲੀਨ ਨੋਟ ਪਾਲਿਸੀ ਕਲੀਨ ਨੋਟ ਪਾਲਿਸੀ ਦੇ ਆਧਾਰ ਦੇ ਉੱਤੇ ਇਹ ਕਾਰਵਾਈ ਕੀਤੀ ਗਈ ਹੈ ਤਾਂ 2000 ਦਾ ਨੋਟ ਜੋ ਹੈ ਉਹ ਬੰਦ ਹੋ ਜਾਊਗਾ ਔਰ 2000 ਦਾ ਨੋਟ ਹੁਣ ਜੋ ਹੈ ਤੁਹਾਨੂੰ ਉਹ ਬਦਲਵਾਉਣਾ ਪਊਗਾ ਬਾਜ਼ਾਰਾਂ ਦੇ ਵਿੱਚ ਮਾਰਕੀਟ ਦੇ ਵਿੱਚ 2000 ਦੇ ਨੋਟ ਦੀ ਕੋਈ ਵੈਲਿਊ 23 ਤੰਬਰ ਤੋਂ ਬਾਅਦ ਨਹੀਂ ਰਹੂਗੀ 23 ਤੰਬਰ ਤੋਂ ਬਾਅਦ ਜੇਕਰ ਤੁਸੀਂ 2000 ਦਾ ਨੋਟ ਲੈ ਕੇ ਜਾਓਗੇ ਬਾਜ਼ਾਰ ਦੇ ਵਿੱਚ ਤਾਂ ਸ਼ਾਇਦ ਦੁਕਾਨਦਾਰ ਉਹ ਨੋਟ ਲੈਣਾ ਤੋਂੜ ਤੋਂ ਮਨਾ ਕਰ ਦੂਗਾ ਬੰਦ ਕਰ ਦੂਗਾ 2000 ਦਾ ਨੋਟ ਵੈਲਿਡ ਨਹੀਂ ਰਹੂਗਾ ਸਿਰਫ ਇੱਕ ਕਾਗਜ਼ ਰਹਿ ਜਾਊਗਾ ਜਿਵੇਂ ਕਿ ਪੁਰਾਣੇ 500 ਔਰ 1000 ਦੇ ਨੋਟ ਰਹਿ ਗਏ ਸੀ ਤਾਂ ਉਸੇ ਤਰੀਕੇ ਦੇ ਨਾਲ ਇਹ 2000 ਦਾ ਵੀ ਗੁਲਾਬੀ ਨੋਟ ਗੁਲਾਬੀ ਨੋਟ ਬਹੁਤ ਚਰਚਾ ਦੇ ਵਿੱਚ ਆਇਆ ਗਾਂਧੀ ਗੁਲਾਬੀ ਕਹਿ ਕੇ ਵੀ ਲੋਕਾਂ ਨੇ ਬਹੁਤ ਇਸ ਨੂੰ ਸੰਬੋਧਨ ਕੀਤਾ ਤਾਂ ਇਹ ਨੋਟ ਜੋ ਹੈ ਉਹ ਹੁਣ ਬਾਜ਼ਾਰਾਂ ਦੇ ਵਿੱਚ ਮਿਲਣਾ ਬੰਦ ਹੋ ਜਾਊਗਾ ਆਰਬੀਆਈ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ 23 ਮਈ ਤੋਂ ਲੈ ਕੇ 23 ਸਤੰਬਰ ਤੱਕ ਤੁਸੀਂ ਆਪਣੇ ਨੋਟ ਬਦਲਵਾ ਲਓ ਜਿਨ੍ਹਾਂ ਨੇ ਬਦਲਵਾਉਣੇ ਨੇ 20000 ਰੁਪਇਆ ਇੱਕ ਦਿਨ ਤੁਸੀਂ ਜਾ ਕੇ ਬੈਂਕ ਦੇ ਵਿੱਚ ਬਦਲਵਾ ਸਕਦੇ ਹੋ ਇਸ ਤੋਂ ਵੱਧ ਅਮਾਉਂਟ ਤੁਸੀਂ ਨਹੀਂ ਬਦਲਵਾ ਸਕਦੇ 20000 ਤੋਂ ਵੱਧ ਦੀ ਅਮਾਉਂਟ ਬਦਲੀ ਨਹੀਂ ਜਾਊਗੀ ਹਾਂ ਤੁਹਾਡੇ ਨਾਲ ਬੰਦੇ ਹੈ ਤੁਹਾਡੇ ਘਰ ਦੇ ਵਿੱਚ ਪਰਿਵਾਰਕ ਮੈਂਬਰ ਨੇ ਤੁਹਾਡੇ ਨਾਲ ਕੋਈ ਹੋਰ ਤੁਹਾਡੇ ਦੋਸਤ ਮਿੱਤਰ ਨੇ ਤੁਸੀਂ ਉਹ ਜਾ ਕੇ ਆਪਣੇ ਜੋ ਪੈਸੇ ਨੇ ਉਹ ਬਦਲਵਾ ਸਕਦੇ ਹੋ ਪਰ ਇਹ ਵੀ ਧਿਆਨ ਦੇ ਵਿੱਚ ਰੱਖੇ ਕਿ ਜਿਹੜਾ ਇਹ ਕਾਲਾ ਧਨ ਹੁਣ ਬਾਹਰ ਆਊਗਾ ਇਸ ਦੇ ਉੱਤੇ ਇਨਕਮ ਟੈਕਸ ਦੀ ਵੀ ਰਡਾਰ ਰਹੂਗੀ कि जिस तरीके तो का कैश ट्रांजैक्शन हो जिस तरीके तो कैश बैंक के डिपोजिट करवाओगे ये खास तौर सब निगाह इस रहनगे इनकम टैक्स दिन निगाह जिस देते रहती अपडेट तुम दे रहे हैं दो हज़ार का नोट बंद हो रहा है दो हज़ार का नोट तेई सितंबर तो बाद बंद हो जाऊगा महज एक गुलाबी कागज़ ਗੁਲਾਬੀ ਹੀ ਰਹਿ ਕੇ ਰਹਿ ਜਾਊਗਾ ਔਰ 2000 ਦੇ ਨੋਟ ਦੀ ਹੁਣ ਕੋਈ ਵੈਲਿਊ 23 ਸਤੰਬਰ ਤੋਂ ਬਾਅਦ ਨਹੀਂ ਰਹੂਗੀ 2000 ਦਾ ਨੋਟ ਆਰਬੀਆਈ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਹੈ 2000 ਦਾ ਨੋਟ ਬਾਜ਼ਾਰਾਂ ਦੇ ਵਿੱਚ ਆਉਣਾ ਬੰਦ ਹੋ ਜਾਊਗਾ ਨਵੀਂ ਕਰੰਸੀ ਦੀ ਜਿਹੜੀ ਹੈ ਉਹ ਪ੍ਰੋਡਕਸ਼ਨ ਬੰਦ ਕਰ ਦਿੱਤੀ ਗਈ ਹੈ ਪ੍ਰਿੰਟਿੰਗ ਬੰਦ ਕਰ ਦਿੱਤੀ ਗਈ ਹੈ ਤਾਂ ਇਹ ਤੁਸੀਂ ਦੇਖ ਸਕਦੇ ਹੋ ਜੋ ਲੈਟਰ ਆਰਬੀਆਈ ਦੇ ਵੱਲੋਂ ਕੱਢਿਆ ਗਿਆ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਫੈਸਿਲਿਟੀ ਬਾਜ਼ਾਰਾਂ ਦੇ ਬੈਂਕ ਦੇ ਵਿੱਚ 23 ਮਈ ਤੋਂ ਸ਼ੁਰੂ ਹੋਊਗੀ ਔਰ 23 ਮਈ ਤੋਂ ਲੈ ਕੇ 23 ਸਤੰਬਰ ਤੱਕ ਜਿਹੜਾ ਹੈ ਉਹ ਇਹ ਅ ਕਾਸਟੌਰ ਦੇ ਉੱਤੇ ਬੈਂਕਾਂ ਦੇ ਵਿੱਚ ਜਾ ਕੇ ਤੁਸੀਂ ਆਪਣਾ ਨੋਟ ਬਦਲਵਾ ਸਕਦੇ ਹੋ ਪਰ ਉਸ ਤੋਂ ਬਾਅਦ ਨੋਟ ਬਦਲਵਾਣੇ ਤੁਹਾਡੇ ਵਾਸਤੇ ਓਕੇ ਹੋ